ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਆ, ਜਿੱਥੇ ਕਿਸੇ ਨੇ ਘਰ 'ਚ ਪੂਜਾ ਕੀਤੀ ਆ, ਅਸੀਂ ਸਮਾਜੀ ਲੋਕ ਹਾਂ ਅਤੇ ਸਾਨੂੰ ਇਸ ਕਰਕੇ ਜਿਹੜਾ ਇਹ ਸਾਡੇ ਇੱਥੇ ਦੇ ਟਰੱਸਟ ਨੇ ਇੱਥੇ ਨੇ ਸੱਦਾ ਦਿੱਤਾ ਸੀ। ਨਹੀਂ ਰੱਬ ਦੇ ਘਰ 'ਚ ਕਿਸੇ ਨੂੰ ਜਾਣ ਦਾ ਕਿ ਆਪਾਂ ਰੋਜ਼ ਆਉਂਦੇ ਹਾਂ ਅਤੇ ਅਲੱਗ ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਅੱਜ ਨਾਂ ਲਿਆ। ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੀ ਹਰ ਇਨਸਾਨ ਤਾਂ ਛੱਡੋ, ਕੋਈ ਜਾਨਵਰ ਹੋਵੇ, ਕੋਈ ਪੰਛੀ ਹੋਵੇ, ਉਹ ਵੀ ਆਲਣੇ 'ਚ ਆਪਣੇ ਘਰ 'ਚ ਮੁੜਦਾ ਸ਼ਾਮ ਨੂੰ। ਅਤੇ ਰੱਬ ਦਾ ਰਾਮ ਜੀ ਦਾ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰ ਪਹੁੰਚਣਾ ਸੀਗਾ, ਅਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਇਹਦੇ ਪਿੱਛੇ ਕੀ ਆ ਆਪਾਂ ਤਾਂ ਜਾਣ ਨਹੀਂ ਸਕਦੇ। ਪਰ ਅਯੋਧਿਆ 'ਚ ਅੱਜ ਮੈਂ ਸਮਝਦਾ ਉਹਨਾਂ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਆ। ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਿਵਾਰਨ ਕੀਤਾ ਹੈ ਅੱਜ, ਅਤੇ ਐਂ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ, ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ, ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ 'ਚ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ। ਅਤੇ ਬਹੁਤ ਖੁਸ਼ੀ ਆ, ਆਪਾਂ ਲੋਕ ਤਾਂ ਭਾਗਾਂ ਵਾਲੇ ਹਾਂ ਵੀ ਇਹ ਸਮਾਂ ਸਾਡੇ ਵੇਲੇ ਆਇਆ। ਕਿੰਨੀਆਂ ਪੀੜ੍ਹੀਆਂ, 5-6 ਯੁੱਗ ਚਲੇ ਗਏ, ਪੀੜ੍ਹੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹੋਣੀਆਂ ਇਸ ਉਡੀਕ ਦੇ ਵਿੱਚ, ਪਰ ਅੱਜ ਉਹ ਸਮਾਂ ਆਇਆ ਹੈ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ, ਕਿਸਮਤ ਵਾਲੇ ਹਾਂ ਵੀ ਇਹ ਸਾਡੇ ਮੌਕੇ ਅੱਜ ਸਾਨੂੰ ਰਾਮ ਜੀ ਦਾ ਗੁਣਗਾਨ ਕਰਨ ਨੂੰ ਰਾਮ ਜੀ ਨੇ ਸਾਨੂੰ ਮੌਕਾ ਦਿੱਤਾ। ਅੱਜ ਰਾਮ ਜੀ ਦੀ ਗੱਲ ਤੋਂ ਉੱਤੇ ਕੁਛ ਨਹੀਂ, ਸਭ ਚੀਜ਼ਾਂ ਅੱਜ ਤਾਂ ਲੋਕਾਂ ਦੀ ਚੰਗਿਆਈ ਸਾਹਮਣੇ ਆ ਰਹੀ ਆ। ਅੱਜ ਇਨਸਾਨ ਦਾ ਰੋਜ਼ ਕੋਈ ਨਾ ਕੋਈ ਬੁਰੀਆਂ ਖਬਰਾਂ, ਹੋਰ ਖਬਰਾਂ ਆਉਂਦੀਆਂ ਰਹਿੰਦੀਆਂ। ਅੱਜ ਸਿਰਫ ਸਭ ਲੋਕ ਰਾਮ ਲੱਲਾ ਦੇ, ਰਾਮ ਜੀ ਦੇ ਵਿੱਚ ਲੀਨ ਨੇ, ਉਹਨਾਂ ਦੀ ਭਗਤੀ 'ਚ ਲੀਨ ਨੇ। ਬਾਕੀ ਸਭ ਕੁਛ ਸਾਰਾ ਦਿਨ ਹੀ ਚੱਲਦਾ ਰਹਿਣਾ। ਇੱਕ ਆਪਾਂ ਰਾਮ ਜੀ ਨੂੰ ਦਿਨ 'ਚ ਦੇ ਨਹੀਂ ਸਕਦੇ ਖਬਰਾਂ 'ਚ, ਇਹ ਕੀ ਇਨਸਾਨ ਦੀ ਗੱਲ ਆਪਾਂ ਕਰਨੀ ਹੈ। ਅੱਜ ਰੱਬ ਦੀ ਗੱਲ ਕਰੋ ਅਤੇ ਚੰਗਾ ਜਿਹੜਾ ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਆ, ਜਿੱਥੇ ਕਿਸੇ ਨੇ ਘਰ 'ਚ ਪੂਜਾ ਕੀਤੀ ਆ, ਅਸੀਂ ਸਮਾਜੀ ਲੋਕ ਹਾਂ ਅਤੇ ਸਾਨੂੰ ਇਸ ਕਰਕੇ ਜਿਹੜਾ ਇਹ ਸਾਡੇ ਇੱਥੇ ਦੇ ਟਰੱਸਟ ਨੇ ਇੱਥੇ ਨੇ ਸੱਦਾ ਦਿੱਤਾ ਸੀ। ਨਹੀਂ ਰੱਬ ਦੇ ਘਰ 'ਚ ਕਿਸੇ ਨੂੰ ਜਾਣ ਦਾ ਕਿ ਆਪਾਂ ਰੋਜ਼ ਆਉਂਦੇ ਹਾਂ ਅਤੇ ਅਲੱਗ ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ ਰਾਮ ਜੀ ਦਾ ਅੱਜ ਨਾਂ ਲਿਆ। ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੀ ਹਰ ਇਨਸਾਨ ਤਾਂ ਛੱਡੋ, ਕੋਈ ਜਾਨਵਰ ਹੋਵੇ, ਕੋਈ ਪੰਛੀ ਹੋਵੇ, ਉਹ ਵੀ ਆਲਣੇ 'ਚ ਆਪਣੇ ਘਰ 'ਚ ਮੁੜਦਾ ਸ਼ਾਮ ਨੂੰ। ਅਤੇ ਰੱਬ ਦਾ ਰਾਮ ਜੀ ਦਾ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰ ਪਹੁੰਚਣਾ ਸੀਗਾ, ਅਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਇਹਦੇ ਪਿੱਛੇ ਕੀ ਆ ਆਪਾਂ ਤਾਂ ਜਾਣ ਨਹੀਂ ਸਕਦੇ। ਪਰ ਅਯੋਧਿਆ 'ਚ ਅੱਜ ਮੈਂ ਸਮਝਦਾ ਉਹਨਾਂ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਆ। ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਿਵਾਰਨ ਕੀਤਾ ਹੈ ਅੱਜ, ਅਤੇ ਐਂ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ, ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ, ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ 'ਚ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ। ਅਤੇ ਬਹੁਤ ਖੁਸ਼ੀ ਆ, ਆਪਾਂ ਲੋਕ ਤਾਂ ਭਾਗਾਂ ਵਾਲੇ ਹਾਂ ਵੀ ਇਹ ਸਮਾਂ ਸਾਡੇ ਵੇਲੇ ਆਇਆ। ਕਿੰਨੀਆਂ ਪੀੜ੍ਹੀਆਂ, 5-6 ਯੁੱਗ ਚਲੇ ਗਏ, ਪੀੜ੍ਹੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹੋਣੀਆਂ ਇਸ ਉਡੀਕ ਦੇ ਵਿੱਚ, ਪਰ ਅੱਜ ਉਹ ਸਮਾਂ ਆਇਆ ਹੈ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ, ਕਿਸਮਤ ਵਾਲੇ ਹਾਂ ਵੀ ਇਹ ਸਾਡੇ ਮੌਕੇ ਅੱਜ ਸਾਨੂੰ ਰਾਮ ਜੀ ਦਾ ਗੁਣਗਾਨ ਕਰਨ ਨੂੰ ਰਾਮ ਜੀ ਨੇ ਸਾਨੂੰ ਮੌਕਾ ਦਿੱਤਾ। ਅੱਜ ਰਾਮ ਜੀ ਦੀ ਗੱਲ ਤੋਂ ਉੱਤੇ ਕੁਛ ਨਹੀਂ, ਸਭ ਚੀਜ਼ਾਂ ਅੱਜ ਤਾਂ ਲੋਕਾਂ ਦੀ ਚੰਗਿਆਈ ਸਾਹਮਣੇ ਆ ਰਹੀ ਆ। ਅੱਜ ਇਨਸਾਨ ਦਾ ਰੋਜ਼ ਕੋਈ ਨਾ ਕੋਈ ਬੁਰੀਆਂ ਖਬਰਾਂ, ਹੋਰ ਖਬਰਾਂ ਆਉਂਦੀਆਂ ਰਹਿੰਦੀਆਂ। ਅੱਜ ਸਿਰਫ ਸਭ ਲੋਕ ਰਾਮ ਲੱਲਾ ਦੇ, ਰਾਮ ਜੀ ਦੇ ਵਿੱਚ ਲੀਨ ਨੇ, ਉਹਨਾਂ ਦੀ ਭਗਤੀ 'ਚ ਲੀਨ ਨੇ। ਬਾਕੀ ਸਭ ਕੁਛ
ਸਾਰਾ ਦਿਨ ਹੀ ਚੱਲਦਾ ਰਹਿਣਾ। ਇੱਕ ਆਪਾਂ ਰਾਮ ਜੀ ਨੂੰ ਦਿਨ 'ਚ ਦੇ ਨਹੀਂ ਸਕਦੇ ਖਬਰਾਂ 'ਚ, ਇਹ ਕੀ ਇਨਸਾਨ ਦੀ ਗੱਲ ਆਪਾਂ ਕਰਨੀ ਹੈ। ਅੱਜ ਰੱਬ ਦੀ ਗੱਲ ਕਰੋ ਅਤੇ ਚੰਗਾ ਜਿਹੜਾ ਜਾ ਜਾ